ਫਿਰੋਜ਼ਪੁਰ ਵਿੱਚ ਆਏ ਦਿਨ ਲੁੱਟ ਖੋਹ ਦੀਆਂ ਵਾਰਦਾਤਾਂ ਵੱਧਦੀਆਂ ਜਾ ਰਹੀਆਂ ਹਨ। ਜੇਕਰ ਗੱਲ ਕਰੀਏ ਤਾਂ DAV ਕਾਲਜ ਨੇੜੇ ਇੱਕ ਵਿਅਕਤੀ ਤੋਂ 3 ਲੱਖ ਦੀ ਨਗਦੀ ਅਤੇ ਸਟੈਂਪ ਪੇਪਰ ਅਤੇ ਟਿਕਟਾਂ ਵਾਲਾ ਬੈਗ ਲੁੱਟ ਕੇ ਫਰਾਰ ਹੋ ਗਏ। ਪੀੜਤ ਵਿਕਾਸ ਬਾਂਸਲ ਨੇ ਦੱਸਿਆ ਕਿ 3 ਅਣਪਛਾਤੇ ਨਕਾਬਪੋਸ਼ ਵਿਅਕਤੀਆਂ ਨੇ ਮੇਰੀ ਐਕਟਿਵਾ ਨੂੰ ਪਹਿਲਾਂ ਟੱਕਰ ਮਾਰੀ ਅਤੇ ਜੋ ਮੇਰਾ ਬੈਗ ਸੀ ਉਸ ਨੂੰ ਲੁੱਟ ਕੇ ਫਰਾਰ ਹੋ ਗਏ। ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁਟ ਗਈ ਹੈ ਅਤੇ ਆਸ ਪਾਸ ਦੇ CCTV ਫੁਟੇਜ ਨੂੰ ਵੀ ਖੰਗਾਲਿਆ ਜਾ ਰਿਹਾ ਹੈ। ਜੀ ਤੇ ਕਿੱਥੋਂ ਤੁਹਾਡੇ ਕੋਲੋਂ ਜਿਹੜਾ ਖੋਇਆ ਜਾਂ ਕੀ ਹੋਇਆ ਕੀ ਸੀਗਾ ਪੂਰਾ ਮਾਮਲਾ? ਦਫ਼ਤਰ ਤੋਂ ਆ ਰਿਹਾ ਸੀ ਜੀ ਤੇ ਮੇਰੇ ਕੋਲ ਇਹਨਾਂ ਨੇ ਟੱਕਰ ਮਾਰੀ ਮੇਰੇ ਸਕੂਟਰ 'ਚ। ਮੁੰਡੇ 3 ਮੁੰਡੇ ਸੀ, ਉਹਨਾਂ ਨੇ ਪੰਨਾ ਬੰਨਿਆ ਹੋਇਆ ਸੀ ਤੇ ਉਹਨਾਂ ਕੋਲ ਕਾਪੇ ਸੀ 3 ਕੋਲ ਜੀ ਤੇ ਉਹਨਾਂ ਨੇ ਮੇਰਾ ਜਦੋਂ ਮੈਂ ਉੱਠਿਆ ਉਹਨਾਂ ਨੂੰ ਵੇਖਣ ਵਾਸਤੇ ਉਹਨਾਂ ਨੇ ਮੇਰਾ ਬੈਗ ਚੱਕ ਕੇ ਭੱਜ ਗਏ ਜੀ। ਤੁਸੀਂ ਕਿਹੜੀ ਜਗ੍ਹਾ ਤੋਂ ਆ ਰਹੇ ਸੀ ਤੇ ਕਿੱਥੇ ਜਾ ਰਹੇ ਸੀ? ਮੈਂ ਡੀਸੀ ਵਿੱਚ ਕੰਮ ਕਰਦਾ ਸਟੈਮ ਵੈਂਡਰ ਦਾ ਤੇ ਮੈਂ ਆਪਣੇ ਘਰੇ ਜਾ ਰਿਹਾ ਜੀ। ਤੇ ਕਿੰਨੇ ਪੈਸੇ ਸੀਗੇ ਬੈਗ ਦੇ ਵਿੱਚ? ਹੋਰ ਕੀ ਸਮਾਨ? 3 ਲੱਖ ਰੁਪਏ ਕੈਸ਼ ਸੀ ਜੀ, 2 ਰਿਕਸ਼ੇ ਸੀ, 10,000 ਦੀ 10,000 ਦੀ ਰੈਵਿਟ ਸੀ ਤੇ 4,000 ਟਿਕਟਾਂ ਸੀ ਜੀ। ਤੇ ਕਿਹੜੇ ਚੌਂਕ ਦੇ ਵਿੱਚ ਵਾਕਿਆ ਹੋਇਆ ਜੀ? DAV ਕਾਲਜ ਦੇ ਕੋਲ ਜੀ। ਤੇ ਹੁਣ ਸਮਾਂ ਕਿੰਨਾ ਹੋਇਆ? 6 ਵਜੇ ਜੀ। 6 ਵਜੇ ਦਿਨ ਦਿਹਾੜੇ ਏਦਾਂ ਲੁੱਟ ਖੋਹ ਹੋ ਰਹੀ ਹੈ, ਕਿੱਦਾਂ ਦੇਖਦੇ ਹੋ? ਬੜਾ ਬੁਰਾ ਹਾਲ ਆ ਜੀ, ਬਸ ਫਿਰ ਤਾਂ ਹੁਣ ਇੰਡੀਆ ਛੱਡਣਾ ਪੈਣਾ ਸਾਨੂੰ ਸਾਰਿਆਂ ਨੂੰ। ਪੁਲਿਸ ਨੂੰ ਫੋਨ ਕੀਤਾ ਜੀ ਤੁਸੀਂ? ਹਾਂ, ਪੁਲਿਸ ਨੂੰ ਆਈ ਸੀ ਜੀ, ਬਸ ਇਨਕੁਆਇਰੀ ਚਲੀ ਗਈ। ਤੇ ਕਿੱਦਾਂ ਦੇਖਦੇ ਹੋ ਕਿ ਏਦਾਂ ਜੇ ਹੋਣਗੀਆਂ ਤਾਂ ਕੀ ਬਣੇਗਾ ਜੀ? ਭਾਈ ਮੈਂ ਕਹਿ ਤਾ ਸਾਨੂੰ ਆਤਮ ਹੱਤਿਆ ਕਰਨੀ ਪੈਣੀ ਜੀ। ਸਾਡੇ 4 ਲੱਖ ਰੁਪਈਆ ਦੱਸੋ ਮੇਰਾ ਉਹਦਾ ਪੂਰਾ ਹੋਏਗਾ ਜੀ, ਸਾਰੀ ਉਮਰ ਨਹੀਂ ਮੇਰੇ ਕੋਲ ਬਣਨਾ ਜੀ, ਸਾਨੂੰ ਫਿਰ ਮੰਨਣਾ ਹੀ ਪੈਣਾ। ਕੀ ਮੰਗ ਕੀ ਕਰਦੇ ਪ੍ਰਸ਼ਾਸਨ? ਜਾਂ ਤੁਹਾਨੂੰ ਕੀ ਮੰਗ ਕਰਨੀ ਜੀ? ਪ੍ਰਸ਼ਾਸਨ ਨੇ ਕੁਛ ਕਰਨਾ ਹੀ ਨਹੀਂ ਜੀ। ਤੁਹਾਨੂੰ ਪਤਾ ਕਿੰਨੀਆਂ ਕਿ ਵੀ ਪੈਸੇ ਖੋਏ ਆ, ਕਿਸੇ ਕੋਲ ਮਿਲੇ ਕਿਸੇ ਦੇ ਪੈਸੇ? ਬਸ ਇਹਨਾਂ ਨੇ ਇਨਕੁਆਇਰੀ ਕਰਨੀ, ਬਸ ਖਤਮ ਹੋਇਆ ਕੰਮ ਜੀ। ਕੀ ਨਾਮ ਹੈ ਸਰ ਤੁਹਾਡਾ? ਵਿਕਾਸ ਬੰਸਲ ਜੀ। ਤੇ ਬੜੀ ਬਦਬਾਗੀ ਘਟਨਾ, ਔਰ ਮੈਂ ਤਾਂ ਹਮੇਸ਼ਾ ਉੱਪਰ ਵੀ ਧਿਆਨ 'ਚ ਲਿਆਉਂਦਾ ਕਿ ਤੁਹਾਨੂੰ ਵੀ ਪਤਾ ਵੀ ਲੁੱਟ ਕੇ ਸੁੱਟ ਕਰਨ ਵਾਲਿਆਂ ਦੀਆਂ ਅਤੇ ਗੈਂਗਸਟਰਾਂ ਦੀਆਂ ਜ਼ਬਾਨਤਾਂ ਕੌਣ ਕਰਾਉਂਦੇ ਨੇ। ਮੈਂ ਹੁਣ ਵੀ ਪੁਲਿਸ ਅਫਸਰਾਂ ਨੂੰ ਕਿਹਾ ਕਿ ਛਾਣਬੀਨ ਕਰੋ ਵੀ ਜਿਹੜੇ ਕ੍ਰਿਮੀਨਲ ਦੀਆਂ ਜ਼ਬਾਨਤਾਂ ਕਰਾਉਂਦੇ ਆ ਉਹਨਾਂ ਨੂੰ ਪੁੱਛੋ, ਉੱਥੋਂ ਸਾਰਾ ਕੁਛ ਲੱਭ ਜਾਣਾ। ਔਰ ਕਿਉਂਕਿ ਜਿਹੜੀਆਂ ਸ਼ਕਲਾਂ ਦਿਖ ਰਹੀਆਂ, ਇੱਕ ਐਕਸੀਡੈਂਟ ਵੇ ਨਾਲ ਠੋਕ ਕੇ ਮੋਟਰਸਾਈਕਲ ਪੈਸੇ ਖੋਏ ਗਏ ਆ, ਔਰ ਉਹ ਪੁਲਿਸ ਅਫਸਰਸ ਨੇ ਦੱਸਿਆ ਵੀ ਉਹਨਾਂ ਦੀ ਕੋਈ ਗਿਣਤੀ ਉਹਨਾਂ ਕੋਲ ਅਜੇ ਹੈ ਨਹੀਂ। ਵਿਚਾਰੇ ਜਦੋਂ ਹੰਬਲ ਜਾਂਦਾ ਬੰਦਾ ਆਰਾਮ ਨਾਲ ਵੇਖ ਕੇ ਦੱਸਣਗੇ ਰਿਕਾਰਡ ਵੀ ਕਿੰਨੇ ਪੈਸੇ ਐਗਜੈਕਟਲੀ ਗਏ ਨੇ। ਔਰ ਪੁਲਿਸ ਪੂਰੀ ਤਰ੍ਹਾਂ ਜਾਂਚ ਕਰ ਰਹੀ ਹੈ, ਸਾਰੇ ਅਫਸਰ ਸਾਹਿਬਾਨ ਖੜੇ ਨੇ, ਕੈਮਰੇ ਖੋਲੇ ਜਾ ਰਹੇ ਔਰ ਜਲਦੀ ਲੱਭ ਲਵਾਂਗੇ। ਸਰ ਲਗਾਤਾਰ ਫਿਰੋਜ਼ਪੁਰ ਸ਼ਹਿਰ ਦੇ ਵਿੱਚ ਮੋਬਾਈਲ ਸਨੈਚਿੰਗ ਜਾਂ ਪਰਸ ਸਨੈਚਿੰਗ ਐਵੇਂ ਦੀਆਂ ਵਾਰਦਾਤਾਂ ਲਗਾਤਾਰ ਵੱਧਦੀਆਂ ਜਾ ਰਹੀਆਂ, ਜਦਕਿ ਪੁਲਿਸ ਘੱਲੂਘਾਰਾ ਦਿਵਸ ਚੱਲਦੇ ਹੋਣ ਦੇ ਬਾਵਜੂਦ ਅਲਰਟ ਤੇ ਆ, ਪੂਰਾ ਫਿਰੋਜ਼ਪੁਰ ਅਲਰਟ ਤੇ ਕੀਤਾ ਗਿਆ, ਫਿਰ ਵੀ ਐਵੇਂ ਦੀਆਂ ਘਟਨਾਵਾਂ ਹੋਣਾ ਆਪਦੇ ਆਪ 'ਚ ਬੜੀ ਵੱਡੀ ਗੱਲ ਹੈ ਜੀ। ਦੇਖੋ ਜੀ, ਪਿਛਲੀਆਂ ਸਰਕਾਰਾਂ ਨੇ 25 ਸਾਲ ਗੁੰਡੇ ਪੈਦਾ ਕੀਤੇ ਆ, ਤੁਹਾਨੂੰ ਵੀ ਪਤਾ ਕਿ ਕਿਸ ਤਰੀਕੇ ਦੇ ਨਾਲ ਇੱਥੇ ਨਾ ਮਸ਼ਹੂਰ ਨੇ MLA ਦੀ ਗੱਡੀਆਂ ਦੇ ਵਿੱਚ ਕਿਹੜੇ ਬੰਦੇ ਬਹਿੰਦੇ ਸੀ, ਉਹਨਾਂ ਦੀਆਂ ਫੋਟੋਆਂ ਆ ਗਈਆਂ, ਕਿੰਨੇ ਪਰਚੇ ਆ ਉਹਨਾਂ ਦੇ, ਕਿਤੇ 307 ਦਾ, ਕਿਤੇ ਕੁਛ ਦਾ, ਕਿਸੇ ਦਾ ਫੀਮ ਦਾ। ਸੋ ਜਦੋਂ ਅਸੀਂ ਸਾਡੇ ਲੀਡਰ ਸਾਹਿਬਾਨ ਕ੍ਰਿਮੀਨਲ ਲੋਕਾਂ 'ਤੇ ਹੱਥ ਰੱਖਣਗੇ ਤਾਂ ਕ੍ਰਾਈਮ ਵਧੂਗਾ, ਲੇਕਿਨ ਮਾਨ ਸਾਹਿਬ ਦੀ ਸਰਕਾਰ ਪੂਰੀ ਸਖਤੀ ਦੇ ਨਾਲ ਅਸੀਂ ਇਹਨੂੰ ਨਜਿੱਠ ਰਹੇ ਹਾਂ, ਔਰ ਪੂਰੀ ਸਖਤੀ ਦੇ ਨਾਲ ਅਫੀਸਰ ਸਾਹਿਬਾਨ ਨੂੰ ਕਿਹਾ ਗਿਆ ਵੀ ਔਰ ਕੋਈ ਪੋਲੀਟੀਕਲ ਇੰਟਰਵੈਂਸ਼ਨ ਹੈ ਨਹੀਂ, ਗੁੰਡਾਗਰਦੀ ਨੂੰ ਰੋਕਣ ਲਈ ਸਾਡੀ ਸਰਕਾਰ ਪੂਰੀ ਤਰ੍ਹਾਂ ਤਿਆਰ ਆ ਔਰ ਸਾਡੀ ਫੋਰਸ ਤਿਆਰ ਆ, ਔਰ ਇਹ ਦਿਨ ਬ ਦਿਨ ਘਟੀ ਆ। ਜੇ ਆਪਾਂ ਠੀਕ ਆ ਤੁਹਾਡੀ ਗੱਲ, ਇੱਦਾਂ ਦੀਆਂ ਵਾਰਦਾਤਾਂ ਹੁੰਦੀਆਂ, ਪਰ ਕੰਪੈਰੇਟਿਵਲੀ ਅੱਜ ਹਰ ਬੰਦੇ ਨੂੰ ਬੋਲਣ ਦਾ ਅਧਿਕਾਰ ਆ, ਹਰ ਬੰਦੇ ਨੂੰ ਆਪਣੀ ਗੱਲ ਰੱਖਣ ਦਾ ਅਧਿਕਾਰ ਆ, ਕਿਉਂਕਿ ਲੋਕਾਂ ਦੀ ਸਰਕਾਰ ਆ। ਸੋ ਤੁਸੀਂ ਸਰ ਹੁਣ ਤੁਹਾਡੀ ਸਰਕਾਰ ਆ, ਫਿਰ ਵੀ ਲੁੱਟਾਂ ਖੋਹਾਂ ਹੋ ਰਹੀਆਂ, ਲਗਾਤਾਰ ਹੋ ਰਹੀਆਂ, ਫਿਰ ਵੀ 1 ਸਾਲ ਤੋਂ ਉੱਪਰ ਸਮਾਂ ਹੋ ਚੁੱਕਿਆ। ਮੈਂ ਤੁਹਾਨੂੰ ਇੱਕੋ ਹੀ ਜਵਾਬ ਦਊਂਗਾ ਕਿ ਜਿਹੜੇ ਨਸ਼ੇੜੀ ਨੇ ਉਹ ਰੋਜ਼ ਆਪਦੀਆਂ ਮਾਵਾਂ ਨੂੰ ਕੁੱਟਦੇ ਆ, ਔਰ ਹਰ ਪਿੰਡ 'ਚ 8 ਤੋਂ 10 ਕ੍ਰਾਈਮ ਨੂੰ ਰੋਕਣ ਲਈ ਜਨਤਾ ਨੂੰ ਅਲਰਟ ਤੇ ਅਵੇਅਰ ਹੋਣਾ ਪਊਗਾ। ਜਿਹੜੀ ਗੱਲ ਮੈਂ ਤੁਹਾਨੂੰ ਕਹਿ ਰਿਹਾ ਕਿ ਜਦੋਂ ਅੱਜ ਮਾਂ ਪਿਓ ਬੇਦਖਲ ਕਰ ਰਹੇ ਆ ਪਿੰਡਾਂ ਦੀਆਂ ਪੰਚਾਇਤਾਂ ਦੇ ਵਿੱਚ, ਹੁਣ ਲੋਕਾਂ ਦੇ ਵਿੱਚ ਇੱਕ ਨਵਾਂ ਵਿਸ਼ਵਾਸ ਆਇਆ ਕਿ ਲੋਕ ਜਾਗਰੂਕ ਹੋਏ ਆ, ਨਸ਼ੇੜੀਆਂ ਨੂੰ ਕੁੱਟਣ ਲੱਗੇ ਆ, ਕਿਉਂਕਿ ਪਹਿਲੀ ਸਰਕਾਰ 'ਚ ਜੇ ਤੁਸੀਂ ਕਿਸੇ ਨਸ਼ਾ ਵੇਚਣ ਵਾਲੇ ਨੂੰ ਕੁੱਟਦੇ ਸੀ ਤਾਂ ਪਿੱਛੋਂ ਖੂਨ ਆ ਜਾਂਦਾ ਸੀ ਨਸ਼ਾ ਤਸਕਰਾਂ ਲਈ। ਲੇਕਿਨ ਮੈਂ ਤੁਹਾਨੂੰ ਅੱਜ ਯਕੀਨ ਨਾਲ ਦਵਾਉਣਾ ਕਿ ਮੈਨੂੰ 1.25 ਸਾਲ MLA ਬਣੇ ਨੂੰ ਹੋ ਗਿਆ, ਮੇਰੀਆਂ ਕਾਲ ਡਿਟੇਲਸ ਘਟਾ ਲਓ, ਕਿਸੇ ਕੋਈ ਪੁਲਿਸ ਨੂੰ ਫੋਨ ਨਹੀਂ ਜਾਂਦੇ, ਵਾਰ ਵਾਰ SHO ਨੂੰ ਫੋਨ ਨਹੀਂ ਜਾਂਦੇ, ਮੈਨੂੰ ਛੱਡ ਦਿਓ, ਇਹਨੂੰ ਫੜ ਲਓ। ਪੁਲਿਸ ਆਪਣੀ ਮਰਜ਼ੀ ਕਰ ਰਹੀ ਆ, ਔਰ ਪੁਲਿਸ ਨੇ ਪ੍ਰੋਗਰੈਸ ਵੀ ਦਿੱਤੀ ਆ। ਮੈਂ ਇਹ ਨਹੀਂ ਕਹਿੰਦਾ ਕਿ 100% ਰਿਜ਼ਲਟ ਆ ਗਏ ਆ, ਲੇਕਿਨ ਕਾਫੀ ਚੰਗੇ ਰਿਜ਼ਲਟ ਆ ਰਹੇ ਆ, ਔਰ ਤੁਸੀਂ ਇਹ ਦੇਖਿਆ ਕਿ ਪਹਿਲੀ ਵਾਰ ਉਹਨਾਂ ਹੋਟਲਾਂ 'ਚ ਛਾਪੇ ਪਏ ਆ, ਜੂਏਬਾਜ ਵੱਡੇ ਪੋਲੀਟੀਕਲ ਨਾਂ ਵਾਲੇ ਲੋਕ ਫੜੇ ਗਏ ਆ, ਔਰ SSP ਸਾਹਿਬ ਆ ਫੜਨ ਗਏ ਆ। ਸੋ ਦੇਖੋ, ਅਸੀਂ ਆਪਣੀ ਜੋ ਕਰ ਸਕਦੇ ਹਾਂ ਸਰਕਾਰ ਵੱਲੋਂ, ਅਸੀਂ ਵਧੀਆ ਕਪਤਾਨ ਲਿਆਂਦਾ,
और सानू अपने ऑफिसर पूरा कॉन्फिडेंस आ भी ये सारा कुछ कर लेंगे और ये मैनेज हो जाऊगा असं बंदे रब का।